ਗੁਰੂ ਮਹਾਰਾਜ ਦੀ ਗੋਦ ਵਿੱਚ ਬੈਠੀ ਸਾਰੀ ਸਾਧ ਸੰਗਤ ਜੀਓ ਗੱਜ ਕੇ ਫਤਿਹ ਦੀ ਸਾਂਝ ਪਾਉਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 15 ਫਰਵਰੀ 2022 ਦੀ ਉਹ ਸ਼ਾਮ, ਉਹ ਕਦੇ ਨਾ ਭੁੱਲਣ ਵਾਲੀ ਸ਼ਾਮ, ਇੱਕ ਫੋਨ ਆਉਂਦਾ ਵੀ ਤੁਹਾਡੀ ਕਾਰ ਦਾ ਐਕਸੀਡੈਂਟ ਹੋ ਗਿਆ ਜੀ, ਤੁਸੀਂ ਕਿੰਨੀ ਦੇਰ ਚ ਪਹੁੰਚ ਜਾਓਗੇ, ਨਾ ਜਗ੍ਹਾ ਪਤਾ ਨਾ ਇਹ ਪਤਾ ਹੋਇਆ ਕੀ ਆ। ਇਹ ਉਹ ਸਮਾਂ ਸੀ ਜਦੋਂ ਇਕੱਲੇ ਫੋਨ ਕਾਲ ਨੇ ਸਾਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਬਾਈ ਦੀਪ ਜੋ ਕਿ ਹਮੇਸ਼ਾ ਇੱਕ ਵੱਡੇ ਭਰਾ ਦੀ ਤਰ੍ਹਾਂ ਤੇ ਇੱਕ ਪਿਓ ਦੀ ਤਰ੍ਹਾਂ ਮੈਨੂੰ ਹਰ ਸਮੇਂ ਗਾਈਡ ਕਰਦਾ, ਹਰ ਸਮੇਂ ਨਸੀਹਤ ਦਿੰਦਾ, ਜੇ ਆਪਾਂ ਕਹੀਏ ਵੀ ਜੇ ਕੁਛ ਵੀ ਸਾਰੀ ਜ਼ਿੰਦਗੀ ਦੀਪ ਦੇ ਆਸੇ ਪਾਸੇ ਘੁੰਮਦੀ ਸੀ ਤੇ ਉਸਨੇ ਵੀ ਇੱਕ ਵੱਡੇ ਭਰਾ ਦੀ ਤਰ੍ਹਾਂ ਤੇ ਇੱਕ ਪਿਓ ਦੀ ਤਰ੍ਹਾਂ ਮੈਨੂੰ ਕਦੇ ਵੀ ਕਿਸੇ ਜ਼ਿੰਮੇਵਾਰੀ ਦਾ ਕਿਸੇ ਵੀ ਜ਼ਿੰਮੇਵਾਰੀ ਚ ਨਾ ਤਾਂ ਪੈਣ ਦਿੱਤਾ ਨਾ ਉਸ ਨੂੰ ਮੈਨੂੰ ਮਹਿਸੂਸ ਕਰਨ ਦਿੱਤਾ ਗਾ। ਜੇ ਕੋਈ ਵੀ ਔਕੜ ਆਉਂਦੀ ਸੀ, ਕੋਈ ਘਰ ਦਾ ਕੰਮ ਹੁੰਦਾ ਸੀ ਜਾਂ ਸਾਡਾ ਜਿਹੜਾ ਬਿਜ਼ਨਸ ਸੀ ਫਿਲਮ ਦਾ ਕੰਮ ਹੁੰਦਾ ਸੀ, ਜੇ ਉਸ ਚ ਕੋਈ ਮੁਸੀਬਤ ਆਉਂਦੀ ਸੀ ਤਾਂ ਬਾਈ ਬਹੁਤ ਹੀ ਸੌਖੇ ਤਰੀਕੇ ਨਾਲ ਉਹਦਾ ਹੱਲ ਕੱਢ ਦਿੰਦੇ ਸੀ ਤੇ ਇਹ ਸ਼ਾਮ ਇੱਕ ਫੋਨ ਕਾਲ ਨੇ ਸਾਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਕੁਝ ਸਮਝ ਨਾ ਲੱਗੇ ਵੀ ਹੁਣ ਕੀ ਕਰੀਏ, ਕਿੱਧਰ ਨੂੰ ਜਾਈਏ। ਉਸ ਤੋਂ ਬਾਅਦ ਜਿਵੇਂ ਲਾਈਫ ਨੇ ਟਰਨ ਲਿਆ, ਜਿਵੇਂ ਲਾਈਫ ਚੇਂਜ ਹੋਈ, ਉਹ ਸਾਰੀ ਤੁਹਾਡੇ ਸਾਹਮਣੇ ਆ ਵੀ ਇਹ ਉਹ ਦੀਪ ਸੀ ਜਿਹਨੇ ਆਪਣਾ ਸਾਰਾ ਕੁਝ ਛੱਡ ਕੇ ਪੰਥ ਖਾਤਰ, ਪੰਜਾਬ ਖਾਤਰ ਸ਼ੰਭੂ ਦਾ ਮੋਰਚਾ ਲਾ ਕੇ ਸੜਕਾਂ ਤੇ ਟੈਂਟ ਲਾ ਕੇ ਬੈਠ ਗਿਆ, ਸਾਰਾ ਆਪਣਾ ਐਸ਼ੋ ਆਰਾਮ ਛੱਡ ਕੇ। ਅੱਜ ਇੱਥੇ ਗਿੱਲ ਸਾਹਿਬ ਵੀ ਬੈਠੇ, ਅਮਰਦੀਪ ਗਿੱਲ। ਬਾਈ ਦੀ ਫਿਲਮ ਦਾ ਇੱਕ ਡਾਇਲੋਗ ਸੀਗਾ ਵੀ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਆ, ਉੱਡਣ ਵਾਲੇ ਨੂੰ ਅਸਮਾਨ। ਤੇ ਸਾਨੂੰ ਇਹ ਦੋਵੇਂ ਚਾਹੀਦੇ ਆ। ਬਾਈ ਦੀਪ ਇਹ ਕਹਿੰਦਾ ਹੁੰਦਾ ਸੀ। ਇਹ ਫਿਲਮ ਦਾ ਵੀ ਡਾਇਲੋਗ ਆ, ਗਿੱਲ ਸਾਹਿਬ ਬੈਠੇ ਆ, ਸਭ ਨੂੰ ਬਾਖੂਬੀ ਤੁਸੀਂ ਹਮੇਸ਼ਾ ਦੀਪ ਨੂੰ ਇਹ ਸੁਣਦੇ ਹੋਏ ਦੇਖਿਆ ਹੋਣਾ ਗਾ। ਇਹ ਉਸ ਤੋਂ ਬਾਅਦ ਮੈਂ ਇਸ ਨੂੰ ਵੀ ਇੱਕ ਫਿਲਮ ਦਾ ਡਾਇਲੋਗ ਸਮਝਦਾ ਰਿਹਾ, ਪਰ ਜਦੋਂ ਮੈਂ ਇਸ ਡਾਇਲੋਗ ਨੂੰ ਸੁਣਿਆ ਉਸਦੇ ਜਾਣ ਤੋਂ ਬਾਅਦ ਤਾਂ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਇਹ ਸਿਰਫ ਇੱਕ ਡਾਇਲੋਗ ਨਹੀਂ ਸੀ, ਇਹ ਬਾਈ ਦੀ ਸਾਰੀ ਜ਼ਿੰਦਗੀ ਸੀ। ਬਾਈ ਦਾ ਦਰਦ ਸੀ ਆਪਣੇ ਕੌਮ ਪ੍ਰਤੀ, ਆਪਣੇ ਪੰਥ ਪ੍ਰਤੀ। ਬਾਈ ਕਹਿੰਦਾ ਸੀਗਾ ਵੀ ਆਪਾਂ ਨੂੰ ਸਪੇਸ ਨਹੀਂ ਛੱਡਣੀ। ਇਹ ਸਾਰਾ ਉਸ ਡਾਇਲੋਗ ਦੇ ਵਿੱਚ ਇਸ ਦਾ ਜ਼ਿਕਰ ਆ। ਜੇ ਇਹਨੂੰ ਆਪਾਂ ਡੂੰਘੇ ਹੋ ਕੇ ਦੇਖੀਏ ਤਾਂ ਇਹ ਡਾਇਲੋਗ ਹੀ ਉਹਦੀ ਜ਼ਿੰਦਗੀ ਦਾ ਆਧਾਰ ਸੀਗਾ।
ਜਿਵੇਂ ਭਾਈ ਦੀਪ ਕਹਿੰਦਾ ਸੀ ਆਪਾਂ ਸਪੇਸ ਨਹੀਂ ਛੱਡਣੀ, ਕਿਸੇ ਵੀ ਹਾਲਤ ਚ ਕੋਈ ਵੀ ਮਿਲ ਜੇ, ਜਿੱਥੇ ਵੀ ਮਿਲ ਜੇ ਆਪਾਂ ਉਹ ਲੈ ਲੈਣੀ ਆ। ਤੇ ਸਪੇਸ ਆਪਣੇ ਪੰਥ ਨੂੰ ਬਚਾਉਣ ਲਈ, ਆਪਣੇ ਪੰਜਾਬ ਨੂੰ ਬਚਾਉਣ ਲਈ, ਉਸ ਬਾਈ ਦੇ ਸ਼ਬਦਾਂ ਤੇ ਚੱਲਦੇ ਹੋਏ ਅੱਜ ਇੱਥੇ ਜਿਹੜਾ ਬਾਈ ਦੇ ਨਾਮ ਤੇ ਮੈਮੋਰੀਅਲ ਬਣਾਉਣ ਜਾ ਰਹੇ ਹਾਂ, IAS, PCS, DC, UPSC ਐਗਜ਼ਾਮ ਦੀ ਤਿਆਰੀ, ਇਹ ਅਸੀਂ ਉਹ ਸਪੇਸ ਫਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਅਸੀਂ ਖਾਲੀ ਛੱਡ ਬੈਠੇ ਹਾਂ। ਜੇ ਆਪਾਂ ਗੱਲ ਕਰੀਏ 15-20 ਸਾਲ ਪਹਿਲਾਂ ਦੀ, ਤਾਂ ਆਪਣੇ ਜਿਹੜੇ ਪੰਜਾਬ ਦੇ ਉਹ ਚੌਧਿਆਂ ਤੇ ਬੈਠੇ ਸੀ ਆਪਣੇ ਪੰਜਾਬੀ ਅਫਸਰ ਬੈਠੇ ਹੁੰਦੇ ਸੀ, ਹਰਿਆਣੇ ਤੱਕ, ਦਿੱਲੀ ਤੱਕ ਆਪਣੇ ਪੰਜਾਬੀ ਅਫਸਰ ਉੱਪਰਲੀਆਂ ਪੋਸਟਾਂ ਤੇ ਬੈਠੇ ਹੁੰਦੇ ਸੀ। ਪਰ ਅੱਜ ਦਾ ਜੋ ਸਮਾਂ ਹੋ ਗਿਆ ਹੈ ਵੀ ਪੰਜਾਬੀ ਆਪਣੇ ਉਹਨਾਂ ਪੋਸਟਾਂ ਤੋਂ ਵਾਂਝੇ ਹੋ ਚੁੱਕੇ ਆ। ਇਹ ਆ ਸਪੇਸ ਜਿਹੜੀ ਕਿ ਆਪਾਂ ਛੱਡ ਬੈਠੇ ਹਾਂ। ਇਹ ਸਪੇਸ ਭਰਨ ਲਈ ਇੱਕ ਬਹੁਤ ਹੀ ਛੋਟਾ ਸਟੈਪ, ਸਾਰੇ ਤੁਹਾਡੇ ਸਹਿਯੋਗ ਦੇ ਨਾਲ ਇਹ ਜਿਹੜਾ ਅਸੀਂ ਇੱਥੇ ਮੈਮੋਰੀਅਲ ਬਾਈ ਦੀ ਯਾਦ ਚ ਬਣਾਉਣ ਜਾ ਰਹੇ ਹਾਂ, ਇਹ ਕੋਈ ਸਾਡਾ ਨਿੱਜੀ ਨਹੀਂ ਗਾ, ਦੀਪ ਸਾਡਾ ਨਿੱਜੀ ਪਰਿਵਾਰ ਦਾ ਨਹੀਂ ਰਹਿ ਗਿਆ ਸੀ, ਉਹ ਸਾਰੇ ਪੰਥ ਦਾ ਸੀ, ਸਾਰੇ ਪੰਜਾਬ ਦਾ ਸੀ, ਸਾਰੇ ਪੰਜਾਬ ਤੋਂ, ਸਾਰੀਆਂ ਮੇਰੀਆਂ ਮਾਵਾਂ ਤੋਂ, ਭੈਣਾਂ ਤੋਂ, ਭਰਾਵਾਂ ਤੋਂ ਅਸੀਂ ਇਹ ਆਸ ਕਰਦੇ ਹਾਂ ਵੀ ਤੁਸੀਂ ਸਾਡੇ ਨਾਲ ਖੜੋਗੇ। ਤੇ ਆਪਾਂ ਜੋ ਬਾਈ ਦੀਪ ਦੀ ਯਾਦ ਵਿੱਚ ਇਹ ਮੈਮੋਰੀਅਲ ਬਣਾਉਣ ਜਾ ਰਹੇ ਹਾਂ, ਉਸ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਗੇ। ਇਹ ਮੇਰਾ ਇਕੱਲੇ ਦਾ ਫਰਜ਼ ਨਹੀਂ ਗਾ, ਇਹ ਸਾਰੇ ਪੰਜਾਬ ਦਾ, ਸਾਰੇ ਪੰਥ ਦਾ ਫਰਜ਼ ਆ। ਬਾਈ ਦੀਪ ਇੱਕ ਹੋਰ ਗੱਲ ਕਰਦਾ ਹੁੰਦਾ ਸੀ ਵੀ ਆਪਾਂ ਬਰਸੀਆਂ ਮਨਾਉਣ ਜੋਗੇ ਹਾਂ, ਫਿਰ ਇਸ ਲਈ ਇਹ ਸਮਾਗਮ ਨੂੰ ਇੱਕ ਬਰਸੀ ਦਾ ਰੂਪ ਨਹੀਂ ਦਿੱਤਾ ਗਿਆ, ਇਹ ਮੈਮੋਰੀਅਲ ਦਾ ਨੀਂਹ ਪੱਥਰ ਦਿੱਤਾ। ਇਹ ਇੱਕ ਆਪਣਾ ਸਟੈਪ ਆ, ਇਹ ਸਟੈਪ ਆ ਆਪਾਂ ਨੂੰ ਇਕੱਠਿਆਂ ਹੋਣ ਦਾ, ਆਪਾਂ ਨੂੰ ਇਕਜੁੱਟ ਹੋਣ ਦਾ। ਆਪਣੇ ਕੋਲੇ ਜ਼ਰੀਆ ਦਿੱਤਾ ਗਿਆ ਹੈਗਾ, ਬਾਈ ਦੀ ਸੋਚ ਦੇ ਹਿਸਾਬ ਦੇ ਨਾਲ ਹੀ ਇਹ ਜ਼ਰੀਆ ਆਪਾਂ ਬਣਾਇਆ ਵੀ ਆਪਾਂ ਲਾਅ ਦੇ ਅਕੋਰਡਿੰਗ ਜੇ ਆਪਾਂ ਗੱਲ ਕਰੀਏ, ਸੰਵਿਧਾਨ ਦੇ ਜਿਹੜਾ ਆਪਣਾ ਉਹ ਸੰਵਿਧਾਨ ਜਿਹਨੂੰ ਆਪਾਂ ਕਹਿੰਦੇ ਤਾਂ ਆਪਦਾ, ਪਰ ਉਸ ਦੇ ਹਿਸਾਬ ਨਾਲ ਆਪਾਂ ਨੂੰ ਕਦੇ ਆਪਣੇ ਹੱਕ ਨਹੀਂ ਮਿਲੇ। ਆਪਾਂ ਨੂੰ ਉਹਨੂੰ ਆਪਣੇ ਹੱਕ ਲੈਣ ਲਈ ਵੀ ਤਿਆਰ ਹੋਣ ਨੂੰ ਆਪਾਂ ਨੂੰ ਕੁਛ ਨਾ ਕੁਛ ਕਰਨਾ ਪੈਣਾ, ਆਪਾਂ ਨੂੰ ਹਰ ਪੱਖ ਤੋਂ ਤਿਆਰ ਹੋਣਾ ਪੈਣਾ ਗਾ। ਜੇ ਆਪਾਂ ਬਾਈ ਦੀਪ ਦੀ ਅੱਗੇ ਗੱਲਾਂ 'ਚ ਆਉਂਦੇ ਹਾਂ ਤਾਂ ਬਾਈ ਟੇਬਲ ਟਾਕ ਦੀ ਵੀ ਗੱਲ ਕਰਦਾ ਹੁੰਦਾ ਸੀ। ਟੇਬਲ ਟਾਕ ਕਰਨ ਲਈ ਵੀ ਆਪਾਂ ਨੂੰ ਨੌਲੇਜ ਦੀ ਲੋੜ ਆ। ਇਹ ਆਪਾਂ ਆਪਣੇ ਪੰਜਾਬ ਨੂੰ, ਆਪਣੇ ਪੰਥ ਨੂੰ ਗੁੰਮਰਾਹ ਨਾ ਕਰੀਏ ਵੀ ਇਕੱਲੀ ਸਾਨੂੰ ਸ਼ਾਸਤਰ ਵਿੱਦਿਆ ਦੀ ਲੋੜ ਆ ਜੀ, ਅਸੀਂ ਇਹਦੇ ਨਾਲ ਸਾਰਾ ਕੁਛ ਹੱਲ ਕਰ ਲਾਂਗੇ। ਅੱਜ ਦੇ ਯੁੱਗ 'ਚ ਜੇ ਆਪਾਂ ਹੱਲ ਕਰਨਾ ਤਾਂ ਆਪਾਂ ਨੂੰ ਬਰਾਬਰ ਰੱਖ ਕੇ ਸਾਰੀਆਂ ਚੀਜ਼ਾਂ ਚੱਲਣੀਆਂ ਪੈਣਗੀਆਂ। ਇਹ ਗੱਲ ਵੀ ਤੋਂ ਆਪਾਂ ਪਾਸਾ ਨਹੀਂ ਵੱਟ ਸਕਦੇ ਵੀ ਗੁਰੂ ਮਹਾਰਾਜ ਨੇ ਆਪਾਂ ਨੂੰ ਆਪਣੇ ਸ਼ਾਸਤਰ ਬਖਸ਼ੇ ਆ, ਆਪਾਂ ਨੂੰ ਗੁਰੂ ਮਹਾਰਾਜ ਨੇ ਸ਼ਾਸਤਰ ਬਖਸ਼ੇ ਆ, ਪਰ ਸਮੇਂ ਦੇ ਨਾਲ ਵੀ ਬਦਲਣਾ ਪੈਂਦਾ। ਗੁਰੂ ਸਾਹਿਬ ਨੇ ਆਪਾਂ ਨੂੰ ਬਾਣੀ ਵੀ ਬਖਸ਼ੀ ਆ, ਤਾਂ ਉਹ ਬਾਣੀ ਆ, ਬਾਣੀ ਦਾ ਜੇ ਅੱਗੇ ਆਪਾਂ ਸੰਖੇਪ ਕਰੀਏ ਵੀ ਉਹ ਆਪਾਂ ਨੂੰ ਗ੍ਰਹਿਣ ਕਰਨੀ ਚਾਹੀਦੀ, ਆਪਾਂ ਨੂੰ ਉਹਦੇ ਨਾਲ ਜੁੜਨਾ ਚਾਹੀਦਾ। ਜੇ ਆਪਾਂ ਬਾਣੀ ਨਾਲ ਜੁੜਾਂਗੇ, ਆਪਾਂ ਜੁੜਾਂਗੇ, ਆਪਣੇ ਬੱਚਿਆਂ ਨੂੰ ਜੋੜਾਂਗੇ, ਤਾਂ ਬਾਣੀ ਆਪਾਂ ਨੂੰ ਹਰ ਮੁਸੀਬਤ ਚੋਂ ਕੱਢਦੀ ਆ, ਹਰ ਇੱਕ ਚੀਜ਼ ਦਾ ਆਪਾਂ ਨੂੰ ਰਾਹ ਦਿੰਦੀ ਆ। ਤਾਂ ਮੈਂ
ਇਹੀ ਆਸ ਕਰਦਾ ਵੀ ਜਿੰਨੇ ਇੱਥੇ ਸਾਧ ਸੰਗਤ ਜਿੰਨੀ ਅੱਜ ਬਾਈ ਦੇ ਮੈਮੋਰੀਅਲ ਤੇ ਨੀਂਹ ਪੱਥਰ ਤੇ ਜਿਹੜਾ ਬਾਈ ਦੀ ਯਾਦ ਚ ਆਪਾਂ ਸਮਾਗਮ ਰੱਖਿਆ ਗਿਆ ਗਾ, ਇਹ ਆਪਾਂ ਇਕਜੁੱਟ ਹੋਣ ਲਈ ਰੱਖਿਆ ਗਿਆ ਗਾ ਤੇ ਆਪਾਂ ਆਪਣੇ ਬੱਚਿਆਂ ਨੂੰ, ਆਪਾਂ ਖੁਦ ਨੂੰ, ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਦੱਸ ਸਕਦੇ ਹਾਂ ਵੀ ਜੋ ਆਪਣੇ ਕੌਮ ਦੇ ਯੋਧੇ ਹੁੰਦੇ ਸੀਗੇ ਉਹਨਾਂ ਲਈ ਆਪਾਂ ਕੀ ਕੁਛ ਕਰ ਸਕਦੇ ਹਾਂਗੇ। ਉਹਨਾਂ ਨੇ ਇਹ ਆਪਣੇ ਕੌਮ ਦੇ ਯੋਧੇ ਹੀ ਆ ਜਿਨ੍ਹਾਂ ਨੇ ਆਪਣਾ ਐਸ਼ੋ ਆਰਾਮ ਛੱਡ ਕੇ, ਆਪਣਾ ਸਭ ਕੁਝ ਛੱਡ ਕੇ ਆਪਣੀ ਕੌਮ ਪਿੱਛੇ, ਆਪਣੇ ਪੰਥ ਪਿੱਛੇ, ਆਪਣੇ ਪੰਜਾਬ ਪਿੱਛੇ ਆਪਾਂ ਵਾਰ ਦਿੱਤਾ। ਉਸ ਤੋਂ ਇਲਾਵਾ ਆਪਣਾ ਵੀ ਕੋਈ ਫਰਜ਼ ਬਣਦਾ ਜੇ ਉਹ 15 ਤਰੀਕ ਸ਼ਾਮ ਦਾ ਇੱਕ ਫੋਨ ਕਾਲ ਮੇਰੀ ਜ਼ਿੰਦਗੀ ਬਦਲ ਸਕਦਾ ਤੇ ਆਪਾਂ ਇਹ ਹੁਲਾਰਾ ਮਾਰੀਏ ਵੀ ਆਪਾਂ ਪੰਥ ਨਾਲ ਆਪਣੇ ਪੰਜਾਬ ਨਾਲ ਸਾਰਿਆਂ ਨੂੰ ਜੋੜੀਏ ਤੇ ਆਪਾਂ ਪੰਜਾਬ ਦੀ ਤੇ ਪੰਥ ਦੀ ਅਗਾਂਹ ਵਧੂ ਸੋਚ ਨੂੰ ਲੈ ਕੇ ਚੱਲੀਏ, ਆਪਾਂ ਪੰਜਾਬ ਦੀ ਤਰੱਕੀ ਵੱਲ ਚੱਲੀਏ। ਜੇ ਆਪਾਂ ਤਕੜੇ ਹੋਵਾਂਗੇ, ਇਕੱਠੇ ਹੋਵਾਂਗੇ ਤਾਂ ਹੀ ਕਿਸੇ ਨੂੰ ਉਸ ਦਾ ਫਰਕ ਪੈਣਾ ਗਾ, ਤਾਂ ਹੀ ਆਪਣੀ ਹੋਂਦ ਰਹਿਣੀ ਆ। ਆਪਣੀ ਹੋਂਦ ਦੀ ਗੱਲ ਵੀ ਆਪਾਂ ਨੂੰ ਆਪ ਹੀ ਕਰਨੀ ਪੈਣੀ ਹੈ, ਕਿਸੇ ਨੇ ਆ ਕੇ ਆਪਾਂ ਨੂੰ ਆਪਣੀ ਹੋਂਦ ਨਹੀਂ ਫੜਾਉਣੀ ਵੀ ਆਹ ਤੁਹਾਡੀ ਹੋਂਦ ਹੈ ਇਹਨੂੰ ਫੜ ਲਓ, ਉਹ ਸਾਂਭਣੀ ਵੀ ਆਪਾਂ ਨੂੰ ਪੈਣੀ ਆ। ਆਪਣੇ ਕੋਲੇ ਖਾਲਸਾਈ ਫੌਜਾਂ ਵੀ ਹਰ ਟਾਈਮ ਤਿਆਰ ਆ, ਆਪਣੇ ਕੋਲੇ ਆਪਣੀ ਗੁਰੂ ਦੀ ਬਾਣੀ ਵੀ ਹਰ ਟਾਈਮ ਤਿਆਰ ਆ, ਆਪਣੇ ਕੋਲੇ ਸਾਰਾ ਕੁਛ ਆ, ਬਸ ਆਪਾਂ ਭੜ ਕੇ ਫਿਰਦੇ ਆ। ਆਪਾਂ ਆਪਣੇ ਜਿਹੜੇ ਲੀਡਰ ਬਣਾਏ ਆ ਉਹਨਾਂ ਨੂੰ ਇਕਜੁੱਟ ਕਰਨ ਦੀ ਲੋੜ ਆ, ਉਹਨਾਂ ਨੂੰ ਇੱਕ ਟੀਚਾ ਦਿਖਾਉਣ ਦੀ ਲੋੜ ਆ। ਆਪਾਂ ਪੰਜਾਬ ਦੇ ਲੋਕ ਆ, ਆਪਾਂ ਸਾਰੇ ਇੱਕ ਵਾਰੀ ਅੱਖਾਂ ਮੀਚ ਕੇ ਤੁਰ ਪਈਦਾ ਵੀ ਹਾਂਜੀ ਆਹ ਚੀਜ਼ ਹੀ ਸਹੀ ਹੋਣੀ ਆ, ਫਿਰ ਉਸ ਚੀਜ਼ ਦਾ ਜਦੋਂ ਆਪਣੇ ਤੇ ਅਸਰ ਹੁੰਦਾ ਜਾਂ ਉਹਦਾ ਆਪਾਂ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਉਦੋਂ ਯਾਦ ਆਉਂਦਾ ਵੀ ਯਾਰ ਇਹ ਤਾਂ ਫਿਰ ਪਹਿਲਾਂ ਵਰਗਾ ਹੀ ਨਿਕਲਿਆ, ਹੁਣ ਕੀ ਕਰੀਏ। ਤਾਂ ਕਰਕੇ ਇਹ ਕਹਿਣਾ ਵੀ ਆਪਾਂ ਇੱਕ ਸੇਧ ਲਈਏ ਤੇ ਜਿਹੜੀ ਇੱਕ ਸਪੇਸ ਆਪਾਂ ਛੱਡ ਬੈਠੇ ਹਾਂ ਆਪਣੇ ਪੰਥ ਵਾਸਤੇ ਤੇ ਆਪਣੇ ਪੰਜਾਬ ਵਾਸਤੇ, ਉਹ ਆਪਾਂ ਨੂੰ ਭਰਨੀ ਪਊਗੀ। ਇਹ ਆਪਾਂ ਨੂੰ ਇਕਜੁੱਟ ਹੋਣਾ ਪਊਗਾ, ਆਪਾਂ ਨੂੰ ਨੌਲੇਜ ਦੀ ਵੀ ਲੋੜ ਆ। ਤਾਂ ਇਹ ਆਪਾਂ ਸਾਰੇ ਇੱਥੇ ਜੇ ਆਪਾਂ ਬੈਠੇ ਹਾਂ ਤਾਂ ਆਪਾਂ ਆਪਣੇ ਬੱਚਿਆਂ ਨੂੰ, ਆਪਣੀ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਪੜ੍ਹਾਈ ਨਾਲ ਜੋੜੋ, ਪੜ੍ਹਾਈ ਨਾਲ ਵੀ ਜੋੜੋ, ਗੁਰੂ ਨਾਲ ਵੀ ਜੋੜੋ। ਇਹ ਆਪਣਾ ਫਰਜ਼ ਆ, ਜੇ ਆਪਾਂ ਜੋੜੋ, ਆਪਾਂ ਨਹੀਂ ਜੋੜਾਂਗੇ ਤਾਂ ਇਹ ਕਿਸੇ ਨੇ ਬੇਗਾਨੇ ਨੇ ਨਹੀਂ ਜੋੜ ਕੇ ਦੇਣਗੇ। ਜਿਹੜੀ ਚੀਜ਼ ਬੱਚਾ ਆਪਦੀ ਮਾਂ ਦੀ ਕੁੱਖੋਂ ਸਿੱਖ ਕੇ ਆ ਜਾਂਦਾ ਹੈਗਾ, ਜਿਹੜੀ ਮਾਂ ਛੋਟੇ ਬੱਚਿਆਂ ਨੂੰ ਉਹ ਗੁਰੂ ਦੇ ਲੜ ਲਾ ਦਿੰਦੀ ਆ, ਉਹ ਸਾਰੀ ਉਮਰ ਯਾਦ ਰਹਿੰਦਾ ਹੈਗਾ। ਇਹ ਨਹੀਂ ਜ਼ਰੂਰੀ ਕਿ ਆਪਾਂ ਵੱਡੇ ਹੋ ਕੇ ਸਿੱਖ ਲਾਂਗੇ ਜੀ, ਜਦੋਂ ਟਾਈਮ ਆਊ ਅਸੀਂ ਸਿੱਖ ਲਾਂਗੇ। ਆਪਾਂ ਨੂੰ ਆਪਣੇ ਬੱਚਿਆਂ ਨੂੰ ਗੁਰੂ ਦੇ ਲੜ ਲਾਉਣਾ ਚਾਹੀਦਾ ਹੈਗਾ, ਬਾਣੀ ਦੇ ਲੜ ਲਾਉਣਾ ਚਾਹੀਦਾ, ਉਹਨਾਂ ਨੂੰ ਸਿਖਾਈਏ। ਜਦੋਂ ਇਹ ਤਾਂ ਸਾਇੰਸ ਵੀ ਮੰਨਦੀ ਆ ਵੀ ਜਦੋਂ ਬੱਚੇ ਦਾ ਦਿਮਾਗ ਉਦੋਂ ਵਿਕਸਿਤ ਹੋ ਜਾਂਦਾ ਜਦੋਂ ਉਹ ਮਾਂ ਦੀ ਕੁੱਖ ਚ ਹੁੰਦਾ ਗਾ। ਜੇ ਉਦੋਂ ਮਾਂ ਬੈਠੀ ਟੀਵੀ ਮੂਹਰੇ ਨਾਟਕ ਦੇਖੀ ਜਾਂਦੀ ਹੈ ਤਾਂ ਬੱਚਾ ਵੀ ਨਾਟਕਾਂ ਵਰਗਾ ਹੋ ਜਾਊਗਾ। ਉਹਨੂੰ ਆਪਾਂ ਨੂੰ, ਮਾਂ ਨੂੰ ਵੀ ਇਹ ਚਾਹੀਦਾ ਵੀ ਉਹ ਆਪਣੇ ਬੱਚਿਆਂ ਨੂੰ ਉਦੋਂ ਬਾਣੀ ਨਾਲ ਜੋੜਨਾ ਸ਼ੁਰੂ ਕਰੇ ਜਦੋਂ ਬੱਚਾ ਮਾਂ ਦੀ ਕੁੱਖ ਚ ਹੁੰਦਾ ਗਾ। ਤਾਂ ਇਹ ਆਪਾਂ ਨੂੰ ਬਹੁਤ ਜ਼ਰੂਰੀ ਚੀਜ਼ਾਂ, ਛੋਟੇ ਛੋਟੇ ਸਟੈਪ ਆ ਜਿਨ੍ਹਾਂ ਨਾਲ ਆਪਾਂ ਆਪਾਂ ਨੂੰ, ਆਪਣੇ ਬੱਚਿਆਂ ਨੂੰ, ਆਪਾਂ ਆਪਦੇ ਆਪ ਨੂੰ ਗੁਰੂ ਨਾਲ ਜੋੜ ਸਕਦੇ ਹਾਂਗੇ। ਤੇ ਫਿਰ ਉਹੀ ਚੀਜ਼ ਤੇ ਆਉਂਦੇ ਹੈਗੇ ਵੀ ਜਿਵੇਂ ਬਾਈ ਦੀ ਫਿਲਮ ਦਾ ਡਾਇਲੋਗ ਸੀਗਾ ਵੀ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਆ ਤੇ ਉੱਡਣ ਵਾਲੇ ਨੂੰ ਅਸਮਾਨ, ਤੇ ਸਾਨੂੰ ਇਹ ਦੋਵੇਂ ਚਾਹੀਦੇ ਆ, ਤੇ ਪੰਜਾਬ ਨੂੰ ਵੀ ਇਹ ਦੋਵੇਂ ਚੀਜ਼ਾਂ ਚਾਹੀਦੀਆਂ, ਇਹ ਪੰਥ ਨੂੰ ਵੀ ਦੋਵੇਂ ਚੀਜ਼ਾਂ ਚਾਹੀਦੀਆਂ ਹੈਗੀਆਂ। ਆਪਾਂ ਅੱਜ ਪ੍ਰਣ ਕਰੀਏ ਵੀ ਆਪਾਂ ਇਹਨਾਂ ਦੋਵੇਂ ਚੀਜ਼ਾਂ ਵਾਸਤੇ ਹਰ ਵਕਤ ਹਰ ਟਾਈਮ ਤਿਆਰ ਰਹਾਂਗੇ।